ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਹਾਨੂੰ ਇਸ ਵੇਲੇ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ, ਉਹ ਪਵਿੱਤਰ ਧਰਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, ਜਿੱਥੇ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਮੈਂ 7 ਸਾਲ ਦੀ ਉਮਰ ਦੇ ਸ਼ਹੀਦ ਜਿਨ੍ਹਾਂ ਨੇ ਇੱਥੇ ਆਪਣੀ ਸ਼ਹਾਦਤ ਦਿੱਤੀ, 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ, ਤੁਹਾਨੂੰ ਦਰਸ਼ਨ ਕਰਵਾਉਣੇ ਆ। ਪਿੱਛੇ ਤੁਹਾਨੂੰ ਸਵੇਰ ਤੋਂ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਵੇਰ ਵੇਲੇ ਧੁੰਦ ਦੇ ਔਰ ਠੰਡ ਦੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਸੀ, ਔਰ ਹੁਣ ਜਦੋਂ ਹਨੇਰਾ ਹੋ ਗਿਆ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ 'ਤੇ ਲਾਈਟਿੰਗ ਸਾਫ਼ ਨਜ਼ਰ ਆ ਰਹੀ ਹੋਵੇਗੀ, ਕਿਵੇਂ ਰੁਸ਼ਨਾਇਆ ਹੋਇਆ ਗੁਰਦੁਆਰਾ ਸਾਹਿਬ, ਕਿਉਂਕਿ ਇੱਥੇ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕੀਤਾ ਜਾ ਰਿਹਾ, ਸਿਜਦਾ ਕੀਤਾ ਜਾ ਰਿਹਾ, ਸਾਹਿਬਜ਼ਾਦਿਆਂ ਨੂੰ ਨਮਨ ਕੀਤਾ ਜਾ ਰਿਹਾ। ਦੁਨੀਆ ਭਰ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ। ਹਾਲਾਂਕਿ ਹੁਣ ਬੇਸ਼ੱਕ ਮੱਥਾ ਟੇਕਣ ਵਾਲੀ ਸੰਗਤ ਆਸਾਨੀ ਨਾਲ ਮੱਥਾ ਟੇਕ ਰਹੀ ਹੋਵੇ, ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਬੀਆਂ ਲਾਈਨਾਂ ਇੱਥੇ ਨਜ਼ਰ ਆ ਰਹੀਆਂ ਸੀ, ਬਾਹਰ ਲੱਖਾਂ ਦੀ ਗਿਣਤੀ ਸੰਗਤ ਨਜ਼ਰ ਆ ਰਹੀ ਸੀ। ਤਾਂ ਇਹ ਤਸਵੀਰਾਂ ਨੇ, ਅੱਜ ਪਹਿਲਾ ਦਿਨ ਹੈ, 3 ਦਿਨ ਇਸੇ ਤਰ੍ਹਾਂ ਸੰਗਤ ਨੇ ਇੱਥੇ ਵੱਧਦੇ ਜਾਣਾ। ਤਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾਹ ਇਹ ਧਰਤੀ। ਅੱਜ ਦੇ ਦਿਨ ਪਹਿਲੀ ਪੇਸ਼ੀ ਹੁੰਦੀ ਹੈ ਸਾਹਿਬਜ਼ਾਦਿਆਂ ਦੀ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ। ਅੱਜ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਨੇ, ਔਰ ਪਰਸੋਂ ਭੋਗ ਪਾਏ ਜਾਣੇ ਹੈ, ਔਰ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਏਗਾ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ, ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਤਾ ਗੁਜਰੀ ਜੀ ਦਾ ਸੰਸਕਾਰ ਦੀਵਾਨ ਬਾਬਾ ਟੋਡਰਮੱਲ ਗੁਰੂ ਘਰ ਦੇ ਸੇਵਕ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਮੁੱਲ ਖਰੀਦ ਕਰ ਆਪਣੇ ਹੱਥੀਂ ਕੀਤਾ। ਤਾਂ ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੋਂ ਥੋੜ੍ਹੀ ਦੂਰੀ 'ਤੇ ਉਹ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਤਾ ਨੂੰ 3 ਦਿਨ ਕੈਦ ਕਰਕੇ ਤਸੀਹੇ ਦਿੱਤੇ ਗਏ, ਉਹ ਠੰਡਾ ਬੁਰਜ ਜਿਹੜਾ ਜਿਹਦੇ ਨਾਲ ਨਦੀ ਵਗਦੀ ਸੀ, ਉਹ ਠੰਡਾ ਬੁਰਜ ਗਰਮੀ ਦੇ ਵਿੱਚ ਠੰਡੀ ਹਵਾ ਲੈਣ ਦੇ ਲਈ ਬਣਾਇਆ ਗਿਆ, ਪਰ ਮੁਗਲ ਹਕੂਮਤ ਨੇ, ਉਸ ਜ਼ਾਲਮ ਸ਼ਾਸਕ ਨੇ ਛੋਟੇ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਤਾ ਗੁਜਰੀ ਜੀ ਨੂੰ ਤਸੀਹੇ ਦੇਣ ਦੇ ਲਈ 80 ਸਾਲ ਦੀ ਬਜ਼ੁਰਗ ਮਾਤਾ ਅਤੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਉਤਲੀ ਮੰਜ਼ਿਲ ਦੇ ਵਿੱਚ ਰੱਖਿਆ ਗਿਆ, ਜਿੱਥੇ ਨਾ ਕੋਈ ਬੂਹਾ, ਨਾ ਕੋਈ ਬਾਰੀ, ਨਾ ਹੇਠਾਂ ਵਿਛਾਉਣ ਨੂੰ ਕੋਈ ਕੱਪੜਾ ਦਿੱਤਾ ਗਿਆ, ਨਾ ਉੱਤੇ ਲੈਣ ਦੇ ਲਈ ਕੋਈ ਗਰਮ ਕੱਪੜਾ ਦਿੱਤਾ ਗਿਆ। ਭੁੱਖਣ ਪਾਣੀਆਂ ਨਿੱਕੀਆਂ ਜਿੰਦਾਂ ਬਜ਼ੁਰਗ ਦਾਦੀ ਮਾਤਾ 3 ਦਿਨ ਉਸ ਠੰਡੇ ਬੁਰਜ ਦੇ ਵਿੱਚ ਤਸੀਹੇ ਚੱਲੇ, ਅਤੇ ਆਖਰ ਦਾਦੀ ਮਾਤਾ ਨੇ ਆਪਣੇ ਹੱਥੀਂ ਤਿਆਰ ਕਰਕੇ ਦਸਤਾਰਾਂ ਸਜਾ ਕੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਅਸਥਾਨ 'ਤੇ ਭੇਜਿਆ, ਜਿੱਥੇ ਸੂਬਾ ਸਰਹੰਦ ਨੇ ਕੋਸ਼ਿਸ਼ ਕੀਤੀ ਕਿ ਛੋਟੇ ਛੋਟੇ ਸਾਹਿਬਜ਼ਾਦੇ, ਉਸ ਨੂੰ ਲੱਗਿਆ ਕਿ ਸ਼ਾਇਦ ਮਾਸੂਮ ਜਿੰਦਾਂ ਨੇ, ਨਿੱਕੀਆਂ ਜਿੰਦਾਂ ਨੇ ਲਾਲਚ ਵੱਸ ਜਾਂ ਡਰ ਦੇ ਵੱਸ ਮੰਨ ਜਾਣਗੀਆਂ, ਪਰ ਉਹਨੂੰ ਕੀ ਪਤਾ ਸੀ ਕਿ ਇਹ ਤਾਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਸਰਬੰਸ ਦਾਨੀ ਦੇ ਲਾਲ ਨੇ, ਉਹਨਾਂ ਦੇ ਛੋਟੇ ਸਾਹਿਬਜ਼ਾਦੇ ਨੇ। ਉਸ ਗੁਰੂ ਗੋਬਿੰਦ ਸਿੰਘ ਦੇ ਜਿੰਨਾ ਛੋਟੀ ਉਮਰੇ ਪਹਿਲਾਂ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਦੇ ਲਈ, ਸੀਸ ਕਟਵਾਉਣ ਦੇ ਲਈ ਦਿੱਲੀ ਤੋਰਿਆ, ਤਾਂ ਉਸੇ ਗੁਰੂ ਗੋਬਿੰਦ ਸਿੰਘ ਦੇ
ਛੋਟੇ ਛੋਟੇ ਲਾਲ ਕਿਵੇਂ ਤੇਰੀ ਈਨ ਮੰਨ ਲੈਣਗੇ। ਤਾਂ ਛੋਟੇ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ, ਨਾ ਕਿਸੇ ਲਾਲਚ ਵਸ, ਨਾ ਕਿਸੇ ਭੈ ਵਸ। ਧਰਮ ਦੇਸ਼ ਕੌਮ ਦੀ ਖਾਤਰ, ਸਿੱਖੀ ਦੀ ਖਾਤਰ ਆਪਾ ਵਾਰ ਦਿੱਤਾ ਹੱਸਦੇ ਹੱਸਦੇ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਨੀ ਸਰਹੰਦੀ ਦੀ ਦੁਆਰੇ ਤੂੰ ਨਰਕਾਂ ਨੂੰ ਜਾਵੇਂ। ਤਾਂ ਇਹ ਗੁਰਦੁਆਰਾ ਸਾਹਿਬ, ਇਸੇ ਗੁਰਦੁਆਰਾ ਸਾਹਿਬ ਦੇ ਭੋਰਾ ਸਾਹਿਬ ਦੇ ਵਿੱਚ ਉਹ ਦੀਵਾਰ, ਉਹ ਇੱਟਾਂ ਅੱਜ ਵੀ ਮੌਜੂਦ ਨੇ, ਅੱਜ ਵੀ ਸੁਸ਼ੋਭਿਤ ਨੇ, ਜਿੱਥੇ ਨਿੱਕੀਆਂ ਜਿੰਦਾਂ ਛੋਟੇ ਲਾਲਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਅਤੇ ਇਹੀ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਖੰਡਾ ਖੜਕਾਉਣ ਦੀ ਵੀ ਗਵਾਹ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਉਹ ਸੱਚਾ ਸਿੱਖ ਜਿਸਨੇ ਇਹ ਸਾਬਤ ਕੀਤਾ ਕਿ ਜੇ ਸਾਡੇ ਬਾਬੇ, ਸਾਡੇ ਗੁਰੂ ਸ਼ਹਾਦਤਾਂ ਦੇ ਸਕਦੇ ਨੇ ਧਰਮ ਕੌਮ ਦੀ ਖਾਤਰ, ਦੇਸ਼ ਦੀ ਖਾਤਰ, ਤਾਂ ਜ਼ੁਲਮ ਕਰਨ ਵਾਲੇ ਦੇ ਨਾਲ ਟਾਕਰਾ ਵੀ ਲੈ ਸਕਦੇ ਨੇ। ਤਾਂ ਜ਼ੁਲਮ ਦਾ ਖਾਤਮਾ ਕੀਤਾ, ਜ਼ੁਲਮ ਦਾ ਅੰਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਸੂਬਾ ਸਰਹੰਦ ਨੂੰ ਨਾਲ ਟੱਕਰ ਲਈ ਸਰਹੰਦ ਦੀਆਂ ਗਲੀਆਂ ਦੇ ਵਿੱਚ ਸੂਬਾ ਸਰਹੰਦ ਨੂੰ ਘੜੀਸਿਆ, ਉਹਦੇ ਜ਼ੁਲਮਾਂ ਦਾ ਅਹਿਸਾਸ ਕਰਵਾਇਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਤਾਂ ਉਸ ਧਰਤੀ 'ਤੇ ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਸੰਗਤ ਦਰਸ਼ਨ ਕਰਨ ਦੇ ਲਈ ਆਉਂਦੀ ਹੈ। ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਦੇ ਵਿੱਚੋਂ ਸੰਗਤ ਇੱਥੇ ਆਉਂਦੀ ਹੈ, ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਸੰਗਤ ਆਉਂਦੀ ਹੈ, ਤਾਂ ਕਿ ਆਪਣੇ ਛੋਟੇ ਬੱਚਿਆਂ ਨੂੰ ਇਹਨਾਂ ਸ਼ਹਾਦਤਾਂ ਬਾਰੇ ਦੱਸ ਸਕਣ, ਇਹਨਾਂ ਸ਼ਹਾਦਤਾਂ ਦੀ ਕੀਮਤ ਦੱਸ ਸਕਣ, ਇਹਨਾਂ ਸ਼ਹਾਦਤਾਂ ਦਾ ਮੁੱਲ ਦੱਸ ਸਕਣ ਕਿ ਸਾਡੇ ਸਿਰਾਂ 'ਤੇ ਸਜਾਈ ਇਹ ਦਸਤਾਰ ਐਵੇਂ ਨਹੀਂ ਸਜ ਗਈ, ਇਸ ਦਸਤਾਰ ਨੂੰ ਸਜਾਉਣ ਦੇ ਲਈ ਮੁੱਲ ਤਾਰਿਆ, ਅਤੇ ਮੁੱਲ ਤਾਰਿਆ ਨਿੱਕੀਆਂ ਜਿੱਦਾਂ ਦੀਆਂ ਸ਼ਹਾਦਤਾਂ ਦੇ ਨਾਲ ਫਿਰ ਸਿਰ 'ਤੇ ਇਹ ਦਸਤਾਰਾਂ ਸਜੀਆਂ ਨੇ। ਤਾਂ ਇਹਨਾਂ ਦਸਤਾਰਾਂ ਨੂੰ ਸਿਰ 'ਤੇ ਸਜਾਉਣਾ ਅਤੇ ਸਿਰ 'ਤੇ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ, ਅਤੇ ਉਹ ਤਾਂ ਹੀ ਸਜਾਇਆ ਜਾ ਸਕਦਾ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਸ਼ਹਾਦਤਾਂ ਬਾਰੇ ਦੱਸਾਂਗੇ, ਜਾਣੂ ਕਰਵਾਵਾਂਗੇ। ਇਹਨਾਂ ਪਵਿੱਤਰ ਅਸਥਾਨਾਂ 'ਤੇ ਸ਼ਹਾਦਤਾਂ ਦੀ ਗਵਾਹ ਇਸ ਧਰਤੀ 'ਤੇ ਲਿਆ ਕੇ ਆਪਣਿਆਂ ਬੱਚਿਆਂ ਨੂੰ ਇੱਥੇ ਨਤਮਸਤਕ ਕਰਾਂਗੇ, ਇਹਨਾਂ ਸ਼ਹਾਦਤਾਂ ਬਾਰੇ ਦੱਸਾਂਗੇ। ਤਾਂ ਸੰਗਤ ਜੀ, ਕੋਸ਼ਿਸ਼ ਕਰੋ ਇਹਨਾਂ ਪਵਿੱਤਰ ਸਥਾਨਾਂ 'ਤੇ ਸ਼ਹਾਦਤ ਦੀ ਗਵਾਹ ਇਸ ਧਰਤੀ 'ਤੇ ਆ ਕੇ ਨਤਮਸਤਕ ਹੋਵੋ, ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ। ਅਤੇ ਜੇ ਕੋਈ ਕਿਸੇ ਕਾਰਨ ਵਾਸਤੇ ਇੱਥੇ ਨਹੀਂ ਪਹੁੰਚ ਸਕਦਾ ਤਾਂ ਉਹ ਸਾਡੇ ਮਾਧਿਅਮ ਰਾਹੀਂ ਘਰ ਬੈਠਾ ਇਸ ਧਰਤੀ ਨੂੰ ਨਤਮਸਤਕ ਹੋਵੇ, ਸ਼ਹਾਦਤ ਦੀ ਗਵਾਹ ਇਸ ਧਰਤੀ ਨੂੰ ਸਿਜਦਾ ਕਰੇ।